ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਾਨਕ ਸ਼ਾਹ ਫਕੀਰ ਨਾਮੀ ਵਿਵਾਦਤ ਫਿਲਮ ਦੇ ਮਾਮਲੇ ਦੇ ਵਿੱਚ ਅਸੀਂ ਵੱਖ ਵੱਖ ਸ਼ਖਸੀਅਤਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ। ਇਸੇ ਲੜੀ ਦੇ ਤਹਿਤ ਅਸੀਂ ਬੀਤੇ ਦਿਨਾਂ ਦੇ ਦੌਰਾਨ ਸਰਦਾਰ ਪਰਮਜੀਤ ਸਿੰਘ ਮੰਡ, ਜੋ ਕਿ ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਨੇ ਅਤੇ ਨੌਜਵਾਨ ਸਿੱਖ ਆਗੂ ਨੇ, ਉਹਨਾਂ ਦੇ ਨਾਲ ਗੱਲਬਾਤ ਕੀਤੀ ਸੀ। ਆਓ ਪਹਿਲਾਂ ਉਹ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਜਿਹੜਾ ਨਾਨਕ ਸ਼ਾਹ ਫਕੀਰ ਦੀ ਫਿਲਮ ਵਾਲਾ ਵਿਵਾਦ ਆ, ਜੇ ਤੁਸੀਂ 2015 ਦੇ ਵਿੱਚ ਵੇਖੋ ਅਤੇ ਅੱਜ ਦੀ ਡੇਟ ਦੇ ਵਿੱਚ ਵੇਖੋ, ਕਿਉਂਕਿ 2015 ਦੇ ਵਿੱਚ ਪਹਿਲੀ ਵਾਰ ਜਦੋਂ ਰਿਲੀਜ਼ ਹੋਣ ਲੱਗੀ ਸੀ, ਉਦੋਂ ਸਾਨੂੰ ਬਹੁਤ ਸਾਰੀ ਜਿਹੜੀ ਮੁਸ਼ਕਲ ਆ ਉਹਦਾ ਸਾਹਮਣਾ ਕਰਨਾ ਪਿਆ ਸੀ ਲੋਕਾਂ ਨੂੰ ਸਮਝਾਉਣ ਦੇ ਲਈ ਕਿ ਇਹ ਗਲਤ ਆ। ਪਰ ਅੱਜ ਦੇ ਦੌਰ ਦੇ ਵਿੱਚ ਜਦੋਂ ਅਸੀਂ ਵੇਖ ਰਹੇ ਹਾਂ ਕਿ ਜਦੋਂ ਉਸਦਾ ਅਸੀਂ ਪ੍ਰਚਾਰ ਕੀਤਾ ਆ, ਲੋਕਾਂ ਨੂੰ ਇਹ ਗੱਲ ਸਮਝਾਈ ਆ ਕਿ ਉਹ ਫਿਲਮ ਜਿਹੜੀ ਆ ਉਹ ਗਲਤ ਆ, ਚਾਹੇ ਉਹ ਐਨੀਮੇਸ਼ਨ ਆ, ਚਾਹੇ ਉਹਦਾ ਕਿਸੇ ਦਾ ਕਿਰਦਾਰ ਕੀਤਾ ਜਾਂ ਨਹੀਂ ਕੀਤਾ, ਅਤੇ ਅੱਜ ਲੋਕ ਉਸ ਗੱਲ ਨੂੰ ਸਮਝਦੇ ਨੇ ਕਿ ਇਹ ਜਿਹੜੀ ਚੀਜ਼ ਹੈ ਗਲਤ ਆ। ਜਿਹੜੇ ਤੁਸੀਂ ਸ਼ਬਦ ਵਰਤਿਆ ਕਿ ਸਿੱਖ, ਕੁਝ ਸਿੱਖ ਇਹੋ ਜਿਹੜਾ ਕਹਿੰਦਾ ਫਿਲਮ ਨੂੰ ਵਿਖਾਲਣਾ ਚਾਹੀਦਾ ਆ, ਅਸਲ ਦੇ ਵਿੱਚ ਉਹ ਭੋਲੇ ਪਾਂਦੇ ਵਿੱਚੋਂ ਕਹਿ ਰਿਹਾ। ਕੁਝ ਇਹੋ ਜਿਹੇ ਵੀ ਹੋਣਗੇ ਜਿਹੜੇ ਜਾਣਬੁੱਝ ਕੇ ਕਹਿ ਰਹੇ ਹੋਣਗੇ, ਉਹ ਆਪਣੇ ਆਪ ਦੇ ਵਿੱਚ ਦੋਖੀ ਨੇ, ਉਹਨਾਂ ਨੂੰ ਜਿਹੜਾ ਪੰਥ ਨੂੰ ਜਵਾਬ ਦੇਣਾ ਪਊਗਾ ਇਨ ਫਿਊਚਰ। ਪਰ ਜਿਹੜੇ ਕੁਝ ਭੋਲੇ ਪਾਂਦੇ ਵਿੱਚੋਂ ਕਹਿ ਰਹੇ ਨੇ, ਉਹਦਾ ਮੇਨ ਕਾਰਨ ਇਹੀ ਆ ਕਿ ਉਹਨਾਂ ਨੂੰ ਉਸ ਚੀਜ਼ ਦੀ ਪੂਰੀ ਸਮਝ ਨਹੀਂ ਗੀ। ਅਸਲ ਦੇ ਵਿੱਚ ਉਹ ਆਉਣ ਵਾਲੀਆਂ ਭਵਿੱਖ ਦੇ ਵਿੱਚ ਮੁਸੀਬਤਾਂ ਨੂੰ ਦੇਖ ਨਹੀਂ ਪਾ ਰਹੇ ਕਿ ਜੇ ਇਹ ਫਿਲਮ ਰਿਲੀਜ਼ ਹੋ ਜਾਂਦੀ ਆ ਜਾਂ ਆ ਜਾਂਦੀ ਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਿੰਨੇ ਭਿਆਨਕ ਜਿਹੜੇ ਨਤੀਜੇ ਆ ਉਹਦੇ ਨਿਕਲ ਸਕਦੇ। ਵੇਖੋ, ਜਿਹੜਾ ਗੁਰੂ ਮਹਾਰਾਜ ਦਾ ਪ੍ਰਕਾਸ਼ ਹੋਇਆ ਨਾ, ਉਹ ਧਰਤੀ ਦੇ ਉੱਤੇ ਇੱਕੋ ਵਾਰ ਹੋਣਾ ਸੀ ਅਤੇ ਹੋ ਗਿਆ। ਜਦੋਂ ਤੁਸੀਂ ਫਿਲਮ ਦੇ ਵਿੱਚ ਜਾਂ ਤਸਵੀਰਾਂ ਦੇ ਵਿੱਚ ਗੁਰੂ ਮਹਾਰਾਜ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਹੋ ਜਾਂ ਬੁੱਤਾਂ ਦੇ ਰਾਹੀਂ ਉਹਨਾਂ ਨੂੰ ਵਿਖਾਲਣ ਦੀ ਕੋਸ਼ਿਸ਼ ਕਰਦੇ ਹੋ, ਅਤੇ ਉਹ ਆਪਣੇ ਆਪ ਦੇ ਵਿੱਚ ਤੁਸੀਂ ਕੋਸ਼ਿਸ਼ ਕਰਦੇ ਹੋ ਕਿ ਦੁਬਾਰਾ ਗੁਰੂ ਮਹਾਰਾਜ ਨੂੰ ਤੁਸੀਂ ਦੁਨੀਆ ਦੇ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰਦੇ ਹੋ ਦ੍ਰਿਸ਼ਟ ਰੂਪ ਦੇ ਵਿੱਚ। ਸੋ ਜਿਹੜੀ, ਚਾਹੇ ਤੁਸੀਂ ਬੁੱਤ ਕਹਿ ਲਓ, ਚਾਹੇ ਤਸਵੀਰ ਕਹਿ ਲਓ, ਚਾਹੇ ਫਿਲਮ ਕਹਿ ਲਓ, ਉਹਦੇ ਵਿੱਚ ਕਿਸੇ ਨੇ ਕਿਰਦਾਰ ਕੀਤਾ ਚਾਹੇ ਨਹੀਂ ਕੀਤਾ, ਚਾਹੇ ਐਨੀਮੇਸ਼ਨ ਕਹਿ ਲਓ, ਇਹ ਸਾਰੇ ਦੇ ਸਾਰੇ ਅਲੱਗ ਅਲੱਗ ਫੋਰਮਸ ਨੇ ਬੁੱਤ ਪ੍ਰਸ਼ਤੀ ਦੀਆਂ, ਜੋ ਕਿ ਸਾਨੂੰ ਗੁਰੂ ਦੇ ਸਿਧਾਂਤ ਨਾਲੋਂ ਤੋੜ ਕੇ ਸਿਰਫ ਅਤੇ ਸਿਰਫ ਦੇਹ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਪਏ ਨੇ, ਅਤੇ ਉਹ ਵੀ ਦੇਹ ਜਿਹੜੀ ਕਾਲਪਨਿਕ ਆ। ਅਤੇ ਉਹਨਾਂ ਦਾ ਜਿਹੜਾ ਸਿਧਾਂਤ ਹੈ, ਜਿਹੜੀ ਉਹਨਾਂ ਦੀ ਜੋਤ ਆ, ਜਿਹਨਾਂ ਨੂੰ ਅੱਜ ਆਪਾਂ ਕਹਿੰਦੇ ਹਾਂ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਉਹ ਜੋਤ ਅੱਜ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੌਜੂਦ ਆ। ਬਸ ਸ਼ਰਤ ਇਹ ਕਿ ਸਿੱਖ ਦੀ ਨਜ਼ਰ ਹੋਵੇ ਕਿ ਉਸ ਪ੍ਰਕਾਸ਼ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਦਰਸ਼ਨ ਕਰ ਸਕੇ। ਗੁਰਬਾਣੀ ਸਾਨੂੰ ਸੇਧ ਦਿੰਦੀ ਹੈ ਆਤਮਾ ਤੋਂ ਪਰਮਾਤਮਾ ਤੱਕ ਦੀ, ਅਤੇ ਜਿਹੜਾ ਪਰਮਾਤਮਾ ਆ ਉਹ ਨਿਰੰਕਾਰ ਆ, ਉਸਦਾ ਕੋਈ ਆਕਾਰ ਨਹੀਂ ਗਾ। ਜਦੋਂ ਤੁਸੀਂ ਉਸਨੂੰ ਕਿਸੇ ਇੱਕ ਆਕਾਰ ਦੇ ਵਿੱਚੋਂ ਦੀ ਵੇਖਣਾ ਸ਼ੁਰੂ ਕਰ ਦਿੰਦੇ ਹੋ, ਇੱਕ ਪਰਟੀਕੁਲਰ ਆਕਾਰ ਦੇ ਵਿੱਚੋਂ ਦੀ ਵੇਖਣਾ ਸ਼ੁਰੂ ਕਰਦੇ ਹੋ, ਅਤੇ ਉੱਥੇ ਫਿਰ ਤੁਸੀਂ ਉਸ ਆਕਾਰ ਦੇ ਵਿੱਚ ਅੜ ਕੇ ਰਹਿ ਜਾਂਦੇ ਹੋ, ਉਹ ਆਕਾਰ ਤੁਹਾਨੂੰ ਉਸ ਪਰਮਾਤਮਾ ਤੱਕ ਪਹੁੰਚਣ ਨਹੀਂ ਦਿੰਦਾ। ਸੋ ਜਿਹੜੀ ਬੁੱਤ ਆ ਜਾਂ ਜਿਹੜੀਆਂ ਤਸਵੀਰਾਂ ਨੇ, ਜਦੋਂ ਤੁਸੀਂ ਉਹਨਾਂ ਦੇ ਵਿੱਚੋਂ ਦੀ ਨਿਕਲ ਕੇ ਪਰਮਾਤਮਾ ਦੀ ਪਾਉਣ ਨੂੰ ਕੋਸ਼ਿਸ਼ ਕਰਦੇ ਹੋ, ਤਾਂ ਤੁਸੀਂ ਉਸ ਪਰਮਾਤਮਾ ਨੂੰ ਉਸ ਨਿਰੰਕਾਰ ਰੂਪ ਦੇ ਵਿੱਚ ਨਹੀਂ ਪਾ ਪਾਉਂਦੇ। ਸੋ ਜਦੋਂ ਤੁਸੀਂ ਉਸਨੂੰ ਸ਼ਬਦ ਦੇ ਥਰੂ ਵੇਖਦੇ ਹੋ, ਜਿਸ ਨੂੰ ਆਪਾਂ ਨਾਦ ਵੀ ਕਹਿ ਦਿੰਦੇ ਹਾਂ, ਜਿਹਨੂੰ ਕਹਿੰਦੇ ਅਨਦ ਨਾਦ ਵੀ ਕਹਿ ਦਿੰਦੇ ਹਾਂ, ਜਦੋਂ ਤੁਸੀਂ ਸ਼ਬਦ ਦੇ ਵਿੱਚ ਆਉਂਦੀ ਉਸਨੂੰ ਵੇਖਦੇ ਹੋ, ਤਾਂ ਫਿਰ ਤੁਸੀਂ ਉਸ ਪਰਮਾਤਮਾ ਦੇ ਵਿੱਚ ਜਿਹੜਾ ਉਹ ਲੀਨ ਹੋ ਜਾਂਦੇ ਹੋ। ਸੋ ਇੱਕ ਤਰੀਕੇ ਨਾਲ ਤੁਸੀਂ ਇਹ ਕਹਿ ਸਕਦੇ ਹੋ ਕਿ ਜਿਹੜੀ ਇਹ ਦੇਹ ਆ, ਜਿਹੜੀਆਂ ਤਸਵੀਰਾਂ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਫੋਟੋਆਂ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਇਹ ਅਸਲ ਦੇ ਵਿੱਚ ਸਿੱਖ ਨੂੰ ਪਰਮਾਤਮਾ ਦੇ ਨਾਲੋਂ ਤੋੜਿਆ ਜਾ ਰਿਹਾ ਸਿਧਾਂਤਕ ਤੌਰ ਦੇ ਉੱਤੇ। ਅਤੇ ਜੇ ਸਿੱਖ ਨੇ ਪਰਮਾਤਮਾ ਦੇ ਨਾਲੋਂ ਟੁੱਟ ਗਿਆ ਜਾਂ ਗੁਰੂ ਦੇ ਨਾਲੋਂ ਟੁੱਟ ਗਿਆ, ਤਾਂ ਫਿਰ ਉਹ ਆਪਣੇ ਆਪ ਦੇ ਵਿੱਚ ਸਿੱਖ ਹੁੰਦਾ ਆ ਵੀ ਸਿੱਖ ਨਹੀਂ ਰਹਿੰਦਾ। ਸੋ ਅਸਲ ਦੇ ਵਿੱਚ ਤਾਂ ਉਸਨੇ ਸਿੱਖ ਬਣ ਕੇ ਹੀ ਦੁਨੀਆ ਦੇ ਉੱਤੇ ਵਿਚਰਨਾ ਆ, ਅਤੇ ਜੇ ਤੁਸੀਂ ਉਸਨੂੰ ਬੁੱਤ ਪ੍ਰਸ਼ਤੀ ਦੇ ਨਾਲ ਦੇਹ ਦੇ ਨਾਲ ਜੋੜ ਦਿੰਦੇ ਹੋ, ਤਾਂ ਸ਼ਾਇਦ ਫਿਰ ਉਹ ਜਿਹੜਾ ਉਸ ਬੁੱਤ ਦੇ ਵਿੱਚ ਉਸ ਦੇਹ ਦੇ ਵਿੱਚ ਹੀ ਜਿਹੜਾ ਆ ਉਹ ਆਪਣੇ ਆਪ ਨੂੰ ਉਲਝਾ ਕੇ ਰਹਿ ਜਾਂਦਾ ਆ, ਅਤੇ ਉਸ ਪਰਮਾਤਮਾ ਤੱਕ ਜਿਹੜਾ ਉਹ ਨਹੀਂ ਪਹੁੰਚ ਪਾਉਂਦਾ। ਇੱਕ ਤਾਂ ਸੁਚੇਤ ਵਰਗ ਆ, ਇੱਕ ਅਚੇਤ ਆ। ਜਾਂ ਤੁਸੀਂ ਕਹਿ ਸਕਦੇ ਹੋ ਕਿ ਕਈ ਵਾਰੀ ਸੁਚੇਤ ਵਰਗ ਦੇ ਵਿੱਚ ਵੀ ਜਿਹੜਾ ਇੱਕ ਮਨ ਆ ਉਹ ਅਚੇਤ ਰੂਪ ਦੇ ਵਿੱਚ ਪਿਆ ਹੁੰਦਾ। ਜੇ ਆਪਾਂ ਐਗਜ਼ਾਮਪਲ ਦੇ ਤੌਰ ਦੇ ਉੱਤੇ ਲੈ ਕੇ ਚੱਲੀਏ, ਜਿਵੇਂ ਤੁਸੀਂ ਕਹਿ ਸਕਦੇ ਹੋ ਕਿ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਵਿਸਾਖੀ ਆ ਉਹ ਪੰਥ ਨੇ ਮਨਾਉਣੀ ਆ, ਤਾਂ ਇਹ ਚੀਜ਼ ਆਮ ਹੀ ਵੇਖੀ ਜਾ ਸਕਦੀ ਹੈ ਕਿ ਉਹ ਜਿਹੜੀ ਵਿਸਾਖੀ ਮਨਾਉਂਦੇ ਨੇ ਉਹ ਇਕੱਲੇ ਪੂਰੇ ਤਿਆਰ ਬਰ ਤਿਆਰ ਸਿੱਖ ਹੀ ਨਹੀਂ ਮਨਾਉਂਦੇ, ਜਿਹੜੇ ਕੁਝ ਕਾਰਨਾਂ ਕਾਰਨ ਭੁੱਲ ਭੁਲੇਖੇ ਗਲਤ ਰਾਏ ਪੈ ਚੁੱਕਿਆ ਸਿੱਖ ਆ, ਜਿਹਨੇ ਆਪਣੇ ਕੇਸ ਤੱਕ ਕਤਲ ਕਰਵਾ ਦਿੱਤੇ ਤੁਸੀਂ ਕਹਿ ਸਕਦੇ ਹੋ, ਉਹ ਵੀ ਜਿਹੜਾ ਉਸ ਵਿਸਾਖੀ ਨੂੰ ਪੂਰੀ ਸ਼ਰਧਾ ਭਾਵਨਾ ਦੇ ਨਾਲ ਮਨਾਉਂਦਾ ਹੈ। ਸੋ ਇਹ ਜਿਹੜੀ ਚੀਜ਼ ਆ ਜਾਂ ਜਿਹੜੇ ਲੰਗਰ ਲੱਗਣੇ ਨੇ, ਉਹ ਲੰਗਰ ਜਿਹੜੇ ਲੱਗਦੇ ਨੇ ਉਹ ਕਿਹੜੀ ਭਾਵਨਾ ਦੇ ਤਹਿਤ ਲੱਗਦੇ ਨੇ? ਉਹ ਹੈਗਾ ਸਿੱਖ ਦੇ ਅੰਦਰ ਜਿਹੜਾ ਪਿਆ ਆ ਉਸਦਾ ਅਚੇਤ ਮਨ ਆ, ਉਹ ਉਸਨੂੰ ਕਿਤੇ ਨਾ ਕਿਤੇ ਗੁਰੂ ਦੇ ਨਾਲ ਜੋੜੀ ਰੱਖਦਾ ਹੈ।
ਉਹਨਾਂ ਦੀਆਂ ਚਲਾਈਆਂ ਰਵਾਇਤਾਂ ਪਰੰਪਰਾਵਾਂ ਦੇ ਨਾਲ ਉਸ ਇਤਿਹਾਸ ਦੇ ਨਾਲ ਸਿੱਖ ਨੂੰ ਜਿਹੜਾ ਜੋੜੀ ਰੱਖਦਾ ਹੈ। ਇਹੋ ਜਿਹੀਆਂ ਬਹੁਤ ਸਾਰੀਆਂ ਜਿਹੜੀਆਂ ਉਦਾਹਰਨਾਂ ਨੇ ਉਹ ਸਿੱਖ ਇਤਿਹਾਸ ਦੇ ਵਿੱਚ ਪਈਆਂ ਹੋਈਆਂ ਨੇ ਕਿ ਜਿੱਥੇ ਕਿਸੇ ਕਾਰਨ ਦੁਨਿਆਵੀ ਉਲਝਣਾਂ ਦੇ ਵਿੱਚ ਜਿਹੜਾ ਫਸਿਆ ਹੋਇਆ ਸਿੱਖ ਆ ਉਹ ਸਮੇਂ ਦੇ ਨਾਲ ਜਦੋਂ ਉਸਦਾ ਅਚੇਤ ਮਨ ਜਿਹੜਾ ਆ ਉਹ ਪੂਰਾ ਬਾਹਰ ਨਿਕਲਦਾ ਅਤੇ ਫਿਰ ਉਹ ਪੂਰਨ ਸਿੱਖ ਬਣ ਕੇ ਜਿਹੜਾ ਵਿਚਰਨ ਲੱਗ ਪੈਂਦਾ। ਸੋ ਜਿਹੜਾ ਵਿਰੋਧ ਹੋਣਾ ਆ ਫਿਲਮ ਨਾਨਕ ਸ਼ਾਹ ਫਕੀਰ ਦਾ ਜਾਂ ਜਿਹੜੀ ਬੁੱਤ ਪ੍ਰਸ਼ਤੀ ਦਾ ਵਿਰੋਧ ਹੋਣਾ ਆ ਜਿਹੜਾ ਕਿ ਗੁਰੂ ਮਹਾਰਾਜ ਨੇ ਸਾਨੂੰ ਸਿਧਾਂਤ ਦਿੱਤਾ ਆ ਉਹ ਅਚੇਤਨ ਰੂਪ ਦੇ ਵਿੱਚ ਹਰ ਸਿੱਖ ਦੇ ਅੰਦਰ ਜੈਨੈਟਿਕਲੀ ਜਿਹੜਾ ਆ ਤੁਰਿਆ ਆ ਰਿਹਾ ਆ, ਉਹ ਜੀਨਸ ਦੇ ਥਰੂ ਆ। ਉਹ ਇਕੱਲਾ ਸਮਝ ਦੀ ਗੱਲ ਨਹੀਂ ਹੈਗੀ ਕਿ ਕਿਸੇ ਦਾ ਦਿਮਾਗ ਕਿੰਨਾ ਕੰਮ ਕਰਦਾ ਜਾਂ ਕਿਸੇ ਦੀ ਸਮਝ ਕਿੰਨੀ ਕੰਮ ਕਰਦੀ ਆ, ਇਹ ਜਿਹੜੀ ਚੀਜ਼ ਚੱਲੀ ਆ ਰਹੀ ਹੈ ਜੈਨੈਟਿਕਲੀ ਆ, ਜੀਨਸ ਦੇ ਵਿੱਚ ਆ। ਸੋ ਜੀਨਸ ਦੇ ਵਿੱਚ ਹੀ ਸਾਡੇ ਗੁਰੂ ਮਹਾਰਾਜ ਨੇ ਇਹ ਗੱਲ ਜਿਹੜੀ ਆ ਉਹ ਭਰੀ ਹੋਈ ਆ, ਜਿਹੜੀ ਕਿ ਸਮੇਂ ਦੇ ਉੱਤੇ ਜਦੋਂ ਸਿੱਖ ਨੂੰ ਲੱਗਦਾ ਹੈ ਕਿ ਕੋਈ ਚੀਜ਼ ਗਲਤ ਹੋ ਰਹੀ ਆ, ਗੁਰੂ ਦੇ ਸਿਧਾਂਤ ਦੇ ਗਲਤ ਹੋ ਰਹੀ ਆ, ਅਤੇ ਫਿਰ ਚਾਹੇ ਉਹ ਪਤਿਤ ਸਿੱਖ ਵੀ ਆ ਚਾਹੇ ਭੁੱਲਿਆ ਭੁਲੇਖਾ ਜਿਹੜਾ ਸਿੱਖ ਆ ਉਹ ਵੀ ਆ, ਉਹ ਆਪਣੇ ਆਪ ਉਸਦੇ ਵਿਰੋਧ ਦੇ ਵਿੱਚ ਆ ਕੇ ਖੜਾ ਹੋ ਜਾਂਦਾ ਹੈ। ਇੱਕ ਪੋਸਟ ਮੈਂ ਫੇਸਬੁੱਕ ਦੇ ਉੱਤੇ ਪੜ੍ਹਨ ਲਿਆ ਸੀ, ਉਹਦੇ 'ਚ ਉਹਨਾਂ ਵਿਖਾਲੀ 2015 ਦੀ ਉਹਨਾਂ ਨੇ ਆਪਣਾ ਜਿਹੜਾ ਐਕਸਪੀਰੀਅੰਸ ਉਹ ਲਿਖਿਆ ਕਿ 2015 ਦੇ ਵਿੱਚ ਜਦੋਂ ਇਹ ਫਿਲਮ ਰਿਲੀਜ਼ ਹੋਣੀ ਸੀ ਅਤੇ ਪੰਜਾਬ ਦੇ ਵਿੱਚ ਇਸ ਨੂੰ ਜਿਹੜਾ ਆ ਵਿਰੋਧ ਵੇਖਦੇ ਜਿਹੜਾ ਬੈਨ ਕਰ ਦਿੱਤਾ ਹੈ, ਪਰ ਇਹ ਫਿਲਮ ਜਿਹੜੀ ਆ ਉਹ ਪੰਚਕੂਲਾ ਦੇ ਵਿੱਚ ਜਿਹੜੀ ਆ ਉਹ ਲੱਗੀ ਸੀ। ਸੋ ਉਹਨੇ ਕਿਹਾ ਕਿ ਮੈਂ ਪੰਚਕੂਲੇ ਜਿਹੜੀ ਆ ਫਿਲਮ ਵੇਖਣ ਗਿਆ ਅਤੇ ਉੱਥੇ ਜਦੋਂ ਫਿਲਮ ਵੇਖੀ ਤਾਂ ਸਭ ਤੋਂ ਪਹਿਲਾਂ ਜਿਹੜੀ ਚੀਜ਼ ਸਕਰੀਨ ਦੇ ਉੱਤੇ ਵਿਖਾਲੀ ਗਈ ਉਹ ਸੀ ਧੰਨਵਾਦ, ਅਤੇ ਧੰਨਵਾਦ ਕੀਤਾ ਗਿਆ ਸੀ ਨਰਿੰਦਰ ਮੋਦੀ ਜੀ ਦਾ ਅਤੇ ਸ਼ਿਵ ਸੈਨਾ ਦਾ। ਸੋ ਮਤਲਬ ਇਹ ਜਿਹੜਾ ਧੰਨਵਾਦ ਕਰਨਾ ਆ ਉਹ ਵੀ ਉਸ ਜਥੇਬੰਦੀਆਂ ਦਾ, ਹਾਲਾਂਕਿ ਅਸੀਂ ਉਹ ਫਿਲਮ ਵੇਖੀ ਨਹੀਂ ਪਰ ਉਹਨਾਂ ਦੇ ਮੁਤਾਬਕ ਇਹ ਜਿਹੜਾ ਧੰਨਵਾਦ ਹੈ ਵਿਖਾਲਿਆ ਗਿਆ ਸਕਰੀਨ ਦੇ ਉੱਤੇ। ਅਤੇ ਜੇ ਪੂਰੀ ਸੱਚਾਈ ਆ ਤਾਂ ਫਿਰ ਮੈਂ ਸਮਝਦਾ ਕਿ ਗੱਲ ਸਾਫ਼ ਹੋ ਜਾਂਦੀ ਆ ਕਿ ਫਿਲਮ ਕਿਸ ਮਾਨਸਿਕਤਾ ਦੇ ਵਿੱਚੋਂ ਨਿਕਲ ਕੇ ਆਈ। ਸੋ ਇਹ ਜਿਹੜੀਆਂ ਫਿਲਮਾਂ ਆਉਂਦੀਆਂ ਨੇ ਪਹਿਲਾਂ 2015 ਦੇ ਵਿੱਚ ਜਿਹੜੀ ਆ ਉਹ ਬਣ ਕੇ ਇਹਨਾਂ ਨੇ ਕੌਮ ਬਣਾ ਕੇ ਕੌਮ ਦੇ ਸਾਹਮਣੇ ਪੇਸ਼ ਕੀਤੀ, ਉਹਨੂੰ ਅਕਾਲ ਤਖ਼ਤ ਦੇ ਜਥੇਦਾਰ ਨੇ ਪਹਿਲਾਂ ਪ੍ਰਵਾਨਗੀ ਦਿੱਤੀ, ਫਿਰ ਪੰਥ ਦੇ ਵਿੱਚੋਂ ਜਦੋਂ ਵਿਰੋਧ ਹੋਇਆ ਉਸਨੇ ਉਹ ਜਿਹੜੀ ਆਪਣੀ ਪ੍ਰਵਾਨਗੀ ਆ ਵਾਪਸ ਲੈ ਲਈ। ਅਤੇ ਇਹ ਜਿਹੜੀ ਇੱਕ ਕਮੇਟੀ ਬਣਾਈ ਗਈ, ਜਿਹੜੀ ਮੈਂ ਇੱਥੇ ਇੱਕ ਐਡ ਕਰਨੀ ਚਾਹੁੰਦਾ ਗੱਲ ਕਿ ਉਦੋਂ ਜਿਹੜੀ ਕਮੇਟੀ ਬਣਾਈ ਸੀ ਅਸਲ ਦੇ ਵਿੱਚ ਉਹ ਕਮੇਟੀ ਬਣਾਉਣਾ ਹੀ ਗਲਤ ਸੀ, ਕਿਉਂਕਿ ਜਦੋਂ ਤੁਸੀਂ ਕਿਸੇ ਚੀਜ਼ ਦੀ ਕਮੇਟੀ ਬਣਾ ਦਿੰਦੇ ਹੋ ਇਹਦਾ ਮਤਲਬ ਇਹ ਹੈ ਕਿ ਤੁਸੀਂ ਉਹਦੇ ਵਿੱਚ ਥੋੜ੍ਹੀ ਬਹੁਤੀ ਜਿਹੜੀ ਸੋਧ ਕਰਕੇ ਉਹਨੂੰ ਦੁਬਾਰਾ ਲਿਆਓਗੇ। ਸੋ ਅਸਲ ਦੇ ਵਿੱਚ ਚਾਹੀਦਾ ਤਾਂ ਇਹ ਸੀ ਕਿ ਉਦੋਂ ਹੀ ਅਕਾਲ ਤਖ਼ਤ SGPCS ਫਿਲਮ ਨੂੰ ਪੂਰੀ ਤਰ੍ਹਾਂ ਰੱਦ ਕਰਦਾ, ਕਿਉਂਕਿ ਫਿਲਮ ਜਿਹੜੀ ਆ ਉਹ ਗੁਰੂ ਸਿਧਾਂਤ ਦੇ ਮੁਤਾਬਕ ਜਿਹੜੀ ਉਹ ਗਲਤ ਹੈ। ਪਰ ਉਦੋਂ ਕਮੇਟੀ ਬਣਾ ਕੇ ਇਹ ਉਹਨਾਂ ਨੇ ਕਿਤੇ ਨਾ ਕਿਤੇ ਮੋਹਰ ਲਾ ਦਿੱਤੀ ਸੀ ਕਿ ਅਸੀਂ ਇਸ ਫਿਲਮ ਦੇ ਹੱਕ ਵਿੱਚ ਹਾਂ, ਜੋ ਕਿ ਇਸ ਵਾਰ ਜਿਹੜਾ ਆ ਪੂਰਾ ਸਾਹਮਣੇ ਨਿੱਤਰ ਕੇ ਆਇਆ ਕਿ SGPC ਉਸ ਦੇ ਹੱਕ ਵਿੱਚ ਖਲੋਤੀ ਪਹਿਲਾਂ ਇੱਕ ਵਾਰੀ। ਈਵਨ ਇਹ ਜਿਹੜੀ ਗੱਲ ਵੀ ਆਉਂਦੀ ਹੈ ਕਿ ਉਹਨਾਂ ਨੇ ਉੱਥੇ ਆ ਕੇ ਪਹਿਲਾਂ ਫਿਲਮ ਵੇਖੀ ਵੀ, ਔਰ ਇਹ ਉਹਨਾਂ ਦੇ ਆਪਸ ਹੁਣ ਬਿਆਨਾਂ ਦੇ ਵਿੱਚੋਂ ਵੀ ਸਾਫ਼ ਹੋ ਚੁੱਕਿਆ ਕਿ ਉਹਨਾਂ ਨੇ ਉੱਥੇ ਆ ਕੇ ਫਿਲਮ ਵੇਖੀ ਪਹਿਲਾਂ, ਔਰ ਵੇਖਣ ਤੋਂ ਬਾਅਦ ਇਹਨਾਂ ਨੇ ਜਿਹੜੀ ਆ ਉਹਨਾਂ ਨੂੰ ਪ੍ਰਵਾਨਗੀ ਦਿੱਤੀ। ਅਤੇ ਜੇ ਪ੍ਰਵਾਨਗੀ ਦਿੱਤੀ ਆ ਤਾਂ ਬਾਅਦ ਵਿੱਚ ਫਿਰ ਕਹਿ ਰਹੇ ਨੇ ਕਿ ਨਹੀਂ ਅਸੀਂ ਫਿਲਮ ਦੇ ਅੱਧ ਵਿੱਚੋਂ ਹੀ ਉੱਠ ਕੇ ਆ ਗਏ ਸੀ। ਸੋ ਜੇ ਤੁਸੀਂ ਅੱਧ ਵਿੱਚੋਂ ਉੱਠ ਕੇ ਆ ਗਏ ਸੀ ਤਾਂ ਫਿਰ ਫਿਲਮ ਦੀ ਪ੍ਰਵਾਨਗੀ ਕਿਹਨੇ ਦਿੱਤੀ? ਸੋ ਇੱਕ ਸਵਾਲੀਆ ਚਿੰਨ੍ਹ ਆ ਜਿਹੜਾ ਹਮੇਸ਼ਾ ਲਈ ਇਹਨਾਂ ਦੇ ਉੱਤੇ ਜਿਹੜਾ ਉਹ ਟਿਕਿਆ ਰਹੂਗਾ। ਇੱਕ ਗੱਲ ਤਾਂ ਸਾਫ਼ ਆ ਜੀ, ਇਹ ਫਿਲਮ ਜਿਹੜੀ ਆ ਉਹ ਮੂਲ ਤੋਂ ਰੱਦ ਹੋਣੀ ਚਾਹੀਦੀ। ਜਿਹੜੀ ਦੂਸਰੀ ਗੱਲ ਇਹਨਾਂ ਨੇ ਕਹੀ ਆ ਕਿ ਸਿੱਖ ਸੰਗਤ ਦੇ ਸ਼ੰਕੇ ਦੂਰ ਕਰਕੇ ਅਸੀਂ ਇਹ ਫਿਲਮ ਜਿਹੜੀ ਆ ਉਹ ਜਾਰੀ ਕਰ ਸਕਦੇ ਹਾਂ। ਅਸਲ ਦੇ ਵਿੱਚ ਇਹ ਬਿਆਨ ਵੀ ਆਪਣੇ ਆਪ ਦੇ ਵਿੱਚ ਗਲਤ ਹੈ, ਜਿਹੜਾ ਇਹਦਾ ਪਰਮਾਨੈਂਟ ਹੱਲ ਆ ਉਹ ਸਿਰਫ ਇੰਨਾ ਹੀ ਨੀਗਾ ਵੀ ਇਸ ਨੂੰ ਬੰਦ ਕਰਕੇ ਅਤੇ ਬਕਸੇ ਦੇ ਵਿੱਚ ਪਾ ਕੇ ਰੱਖ ਲਓ। ਅਸਲ ਦੇ ਵਿੱਚ ਤਾਂ ਇਸ ਦਾ ਹੱਲ ਇਹ ਆ ਕਿ ਇਸ ਨੂੰ ਬਕਸੇ ਦੇ ਵਿੱਚੋਂ ਵੀ ਕੱਢ ਕੇ ਕੰਪਲੀਟਲੀ ਵੈਨਿਸ਼ ਕੀਤਾ ਜਾਵੇ, ਖਤਮ ਕੀਤਾ ਜਾਵੇ, ਕਿਉਂਕਿ ਜੇ ਉਹ ਬਕਸੇ ਦੇ ਵਿੱਚ ਪਈ ਹੋਊਗੀ ਤਾਂ ਹੋ ਸਕਦਾ ਉਹ ਸਦੀ, ਇੱਕ ਦੋ ਸਦੀ ਜਾਂ ਡੈਕੇਡਸ ਜਾਂ ਸਦੀਆਂ ਬਾਅਦ ਉਹ ਫਿਰ ਦੁਬਾਰਾ ਬਕਸੇ 'ਚੋਂ ਨਿਕਲ ਆਵੇ। ਹਾਂ, ਇਸ ਦਾ ਪਰਮਾਨੈਂਟ ਹੱਲ ਇਹੋ ਹੀ ਆ ਕਿ ਅਕਾਲ ਤਖ਼ਤ ਸਾਹਿਬ ਤੋਂ SGPC ਦੇ ਨਾਲ ਰਲ ਕੇ ਇਹ ਮਤਾ ਪਾਸ ਕੀਤਾ ਜਾਵੇ ਕਿ ਇਨ ਫਿਊਚਰ ਆਉਣ ਵਾਲੇ ਸਮੇਂ ਦੇ ਵਿੱਚ ਗੁਰ ਸਿਧਾਂਤ ਤੋਂ ਉਲਟ ਜਾਂ ਗੁਰ ਇਤਿਹਾਸ ਦੇ ਉੱਤੇ ਕੋਈ ਵੀ ਫਿਲਮ ਜਾਂ ਨਾਟਕ ਜਿਹੜਾ ਆ ਐਸਾ ਨਹੀਂ ਬਣਨਾ ਚਾਹੀਦਾ ਜਿਸ ਦੇ ਵਿੱਚ ਕਿਸੇ ਵੀ ਫੋਰਮ ਦੇ ਵਿੱਚ ਗੁਰੂ ਮਹਾਰਾਜ ਜਾਂ ਉਹਨਾਂ ਦੇ ਪਰਿਵਾਰ ਨੂੰ ਫਿਲਮਾਇਆ ਜਾਵੇ, ਕਿਉਂਕਿ ਇਹ ਅਸਲ ਵਿੱਚ ਗੁਰੂ ਸਿਧਾਂਤ ਦੇ ਉਲਟ ਆ। ਸੋ ਇਸ ਦਾ ਇੱਕ ਰਿਟਨ ਫੋਰਮ ਦੇ ਵਿੱਚ ਕੰਪਲੀਟ ਮਤਾ ਸਾਹਮਣੇ ਆਉਣਾ ਚਾਹੀਦਾ ਆ, ਔਰ ਇਹ ਇਹਨਾਂ ਸੰਸਥਾਵਾਂ ਦੀ ਡਿਊਟੀ ਬਣਦੀ ਆ ਕਿ ਉਹ ਇਹਨਾਂ ਨਾਟਕਕਾਰਾਂ ਨੂੰ ਇਹਨਾਂ ਫਿਲਮ ਨਿਰਮਾਤਾਵਾਂ ਨੂੰ ਇਹ ਗੱਲਾਂ ਕਲੀਅਰ ਕਰਨ ਕਿ ਸਿੱਖ ਸਿਧਾਂਤਾਂ ਨੂੰ ਜਿਹੜੀ ਸਾਟੇ ਮਾਰਦੇ ਨੇ ਉਹ ਮਾਰਨੀ ਬੰਦ ਕਰਨ, ਗੁਰੂ ਦੇ ਉੱਤੇ ਕੋਈ ਵੀ ਫਿਲਮ ਜਿਹੜੀ ਆ ਉਹ ਨਾ ਬਣੇ, ਜੋ ਸਿੱਖੀ ਦਾ ਅਸਲੀ ਪ੍ਰਚਾਰ ਆ ਉਹ ਗੁਰੂ ਦੇ ਸ਼ਬਦ ਦੇ ਰਾਹੀਂ ਹੋਵੇ। ਈਵਨ ਸਾਨੂੰ ਇਤਿਹਾਸ ਦੇ ਵਿੱਚੋਂ ਵੀ ਇਹ ਘਟਨਾਵਾਂ ਮਿਲਦੀਆਂ ਨੇ
ਜਿੱਥੇ ਕੁਝ ਸਿੱਖਾਂ ਨੇ ਇਹ ਆ ਕੇ ਬੇਨਤੀਆਂ ਕੀਤੀਆਂ ਨੇ ਕਿ ਅਸੀਂ ਗੁਰੂ ਮਹਾਰਾਜ ਦੀ ਤਸਵੀਰ ਬਣਾਉਣੀ ਚਾਹੁੰਦੇ ਹਾਂ, ਪਰ ਗੁਰੂ ਮਹਾਰਾਜ ਨੇ ਆਪ ਉਹਨਾਂ ਨੂੰ ਕਿਹਾ ਕਿ ਨਹੀਂ, ਅਸੀਂ ਇੱਥੇ ਤੁਹਾਨੂੰ ਦੇਹ ਦੇ ਨਾਲ ਨਹੀਂ, ਸ਼ਬਦ ਦੇ ਨਾਲ, ਨਿਰੰਕਾਰ ਦੇ ਨਾਲ ਜੋੜਨ ਆਏ ਹਾਂ। ਸੋ ਜੇ ਗੁਰੂ ਮਹਾਰਾਜ ਉਹਨਾਂ ਨੂੰ ਮਨ੍ਹਾ ਕਰਦੇ ਪਏ ਨੇ ਤਾਂ ਫਿਰ ਅੱਜ ਦਾ ਜਿਹੜਾ ਇਨਸਾਨ ਆ ਇਹ ਕੋਈ ਵੀ ਇਹੋ ਜਿਹੀ ਅਥੋਰਿਟੀ ਜਿਹੜੀ ਆਪਣੇ ਕੋਲ ਨਹੀਂ ਰੱਖਦਾ ਕਿ ਉਹ ਗੁਰੂ ਮਹਾਰਾਜ ਦੇ ਸਿਧਾਂਤ ਦੇ ਖਿਲਾਫ਼ ਜਾ ਕੇ ਗੁਰੂ ਮਹਾਰਾਜ ਨੂੰ ਚਿੱਤਰੇ ਜਾਂ ਗੁਰੂ ਮਹਾਰਾਜ ਨੂੰ ਫਿਲਮਾਵੇ। ਅਤੇ ਇੱਕ ਜੋ ਗਲਤੀ ਕੌਮ ਨੇ ਕਰ ਲਈ ਆ ਪਿਛਲੇ ਲੰਬੇ ਸਮੇਂ ਤੋਂ ਕਿ ਉਹਨਾਂ ਨੇ ਇੱਕ ਤਰੀਕੇ ਦੇ ਨਾਲ ਅਣਐਲਾਨੀਆਂ ਤਸਵੀਰਾਂ ਨੂੰ ਜਿਹੜੀ ਮਾਨਤਾ ਦਿੱਤੀ ਹੋਈ ਆ, ਮੈਂ ਇਹ ਵੀ ਗੱਲ ਜਿਹੜੀ ਆ ਤੁਹਾਡੇ ਮਾਧਿਅਮ ਰਾਹੀਂ ਜ਼ਰੂਰ ਸੰਗਤਾਂ ਤੱਕ ਪਹੁੰਚਾਉਣੀ ਚਾਹੁੰਦਾ ਹਾਂ ਕਿ ਅਸਲ ਦੇ ਵਿੱਚ ਬੇਸ਼ੱਕ ਅੱਜ ਇੱਕ ਵੱਡੀ ਸੰਗਤ ਦੀਆਂ ਭਾਵਨਾਵਾਂ ਉਹਨਾਂ ਦੇ ਨਾਲ ਜੁੜ ਚੁੱਕੀਆਂ ਨੇ, ਪਰ ਅਸਲ ਦੇ ਵਿੱਚ ਸਿੱਖ ਨੂੰ ਚਾਹੀਦਾ ਆ, ਸਿੱਖ ਸਮਾਜ ਨੂੰ ਚਾਹੀਦਾ ਆ ਕਿ ਉਹ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜੇ, ਜਿਹੜੀਆਂ ਕਾਲਪਨਿਕ ਤਸਵੀਰਾਂ ਵੀ ਬਣੀਆਂ ਨੇ ਉਹਨਾਂ ਤੋਂ ਵੀ ਜਿਹੜਾ ਆ ਉਹ ਹੌਲੀ ਹੌਲੀ ਆਪਣੀ ਆਉਣ ਵਾਲੀਆਂ ਨਸਲਾਂ ਨੂੰ, ਪੀੜ੍ਹੀਆਂ ਨੂੰ ਕਿਨਾਰਾ ਕਰਨਾ ਸ਼ੁਰੂ ਕਰੇ ਤਾਂ ਕਿ ਆਉਣ ਵਾਲੀਆਂ ਨਸਲਾਂ ਦੇ ਵਿੱਚ ਗੁਰੂ ਦਾ ਸ਼ਬਦ ਜਿਹੜਾ ਆ ਉਹ ਪ੍ਰਕਾਸ਼ ਕਰ ਸਕੇ, ਨਾ ਕਿ ਕਾਲਪਨਿਕ ਤਸਵੀਰਾਂ। ਗੁਰੂ ਸਾਹਿਬਾਨ, ਗੁਰ ਇਤਿਹਾਸ ਅਤੇ ਗੁਰੂ ਸਾਹਿਬਾਨ ਨਾਲ ਜੁੜੀਆਂ ਸ਼ਖਸੀਅਤਾਂ ਨੂੰ ਫਿਲਮਾਂ ਨਾਟਕਾਂ ਰਾਹੀਂ ਪੇਸ਼ ਕਰਨ ਦੇ ਮਾਮਲੇ ਦੇ ਵਿੱਚ ਸਿੱਖ ਨੁਕਤਾ ਨਜ਼ਰ ਨੂੰ ਉਭਾਰਨ ਦੇ ਲਈ ਸਾਡੀ ਇਹ ਗੱਲਬਾਤ ਹੋਰਨਾਂ ਸ਼ਖਸੀਅਤਾਂ ਦੇ ਨਾਲ ਵੀ ਜਾਰੀ ਰਹੇਗੀ। ਸਾਡੀ ਅੱਜ ਦੀ ਇਸ ਗੱਲਬਾਤ ਦੇ ਬਾਰੇ ਦੇ ਵਿੱਚ ਤੁਸੀਂ ਆਪਣੀ ਰਾਏ ਜਾਂ ਸੁਝਾਅ ਸਾਨੂੰ feedback@sikhsiyasat.com ਦੇ ਉੱਪਰ ਭੇਜ ਸਕਦੇ ਹੋ। ਮੁੜ ਨਵੀਂ ਵੀਡੀਓ ਦੇ ਨਾਲ ਦੁਬਾਰਾ ਮੁਲਾਕਾਤ ਹੋਵੇਗੀ, ਤਦ ਤੱਕ ਦੇ ਲਈ ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Thank you.